ਰੋਟੀ ਸ਼ੁਰੂ ਕਰ ਦੇ ਨਹੀਂ ਫਿਰ ਤੁਹਾਡੀ ਡਰਾਮਾ ਦੀ ਡਰਾਮਾ ਨਹੀਂ ਸਾਡੇ 450 ਦਾ ਡਰਾਮਾ ਸਰਕਾਰ ਨੇ ਕੀਤਾ पंजाब दी कांग्रेस सरकार दे कार्यकाल दा कुछ समा बाकी है। सरकार ने लोगों नाल कई वादे किए सन, हुण लोगों ने सियासी आगुआं नूं घेर के हिसाब मंगना शुरू कर दिता है। तस्वीरां श्री मुक्तसर साहब दियां ने जिथे पंजाब दे उप मुख्यमंत्री सुखजिंदर सिंह रंधावा अते ट्रांसपोर्ट मंत्री राजा वड़िंग पहुंचे सन। इस दौरान कच्चे मुलाजमान ने आगुआं दा विरोध करना शुरू कर दिता। जदों कच्चे मुलाजमान ने उप मुख्यमंत्री साहब ते ट्रांसपोर्ट मंत्री नूं सवाल पुछे तां रंधावा साहब भड़क उठे। तुसीं वी देखो ये वीडियो। ਉੱਥੇ ਇਸ ਮਾਮਲੇ 'ਚ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦਾ ਕੀ ਕਹਿਣਾ ਹੈ, ਤੁਸੀਂ ਉਹ ਵੀ ਸੁਣੋ। ਕੁਝ ਨਹੀਂ ਯਾਰ, ਸਾਡੇ ਲੋਕ ਹੈ, ਸਾਡੇ ਪੰਜਾਬ ਦੇ ਲੋਕ ਹੈ, ਪੰਜਾਬ ਦੇ ਲੋਕਾਂ ਦੀਆਂ ਮੰਗਾਂ ਹੈ, ਉਹਨਾਂ ਦਾ ਤਰੀਕਾ ਥੋੜਾ ਜਿਹਾ ਉੱਤੇ ਜਿਹਾ ਚਾਹੀਦਾ ਯਾਰ, ਜਿਹੜਾ ਕਿ ਕੋਈ ਹਾਦਸਾ ਵਾਪਰ ਸਕਦਾ, ਕੋਈ ਸ਼ਰਾਰਤੀ ਬੰਦਾ ਕੋਈ ਸ਼ਰਾਰਤ ਕਰ ਸਕਦਾ, ਉਹਦੇ ਨਾਲ ਨੁਕਸਾਨ ਹੋ ਸਕਦਾ ਜਨਤਾ ਦਾ ਵੀ। ਇਸੇ ਕਰਕੇ ਮੈਂ ਉੱਤਰ ਕੇ ਗਿਆ। ਮੈਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ, ਤੁਹਾਨੂੰ ਮੁੱਖ ਮੰਤਰੀ ਸਾਹਿਬ ਨਾਲ, ਡਿਪਟੀ ਮੁੱਖ ਮੰਤਰੀ ਸਾਹਿਬ ਨਾਲ ਮੁਲਾਕਾਤ ਕਰਾਉਣੀ। ਲਗਾਤਾਰ ਕੱਚੇ ਕਾਮੇ ਵਿਰੋਧ ਕਰ ਰਹੇ ਸਰਕਾਰ ਗੱਲ ਕੀ? ਹਾਂ ਯਾਰ, ਉਹਨਾਂ ਦੀਆਂ ਆਪਦੀਆਂ ਡਿਮਾਂਡਾਂ। ਰੋਜ਼ ਤੁਹਾਡਾ ਘਰੇ ਵਿਰੋਧ ਨਹੀਂ ਹੁੰਦਾ? ਰੋਜ਼ ਮੇਰਾ ਮੁੰਡਾ ਕਹਿੰਦਾ ਕਿ ਮੈਂ ਫਲਾਨੀ ਉਹ ਟੋਏ ਲੈਣਾ, 5,000 ਵਾਲਾ ਲੈਣਾ, ਮੇਰੇ ਕੋਲ 5,000 ਹੈ ਨਹੀਂ। ਮੈਨੂੰ ਕਹਿੰਦਾ ਬਾਈ 2,000 ਵਾਲਾ ਲੈ ਲਓ, ਫਿਰ ਜਿੱਦ ਕਰਦਾ। ਇਹ ਸਾਡਾ ਪਰਿਵਾਰ ਹੈ, ਇਹ ਕੱਚੇ ਕੰਮ ਹੈ, ਸਾਡਾ ਪਰਿਵਾਰ ਹੈ, ਠੀਕ ਕਰ ਲਾਂਗੇ। ਲੱਗਦਾ ਹੀ ਮੰਗਾਂ ਪੂਰੀਆਂ ਹੋਣਗੀਆਂ ਇਹਨਾਂ ਦੀਆਂ ਜੀ। ਯਾਰ ਕੋਈ ਵਰਗ ਛੱਡਿਆ ਹੀ ਨਹੀਂਗਾ ਇਹ ਕੱਚੇ ਮੁਲਾਜ਼ਮ ਸਾਨੂੰ। ਆਹ ਜੇ ਕੈਪਟਨ ਤੋਂ ਪਹਿਲਾਂ ਰਾਹਤ ਮਿਲ ਜਾਂਦੀ ਤਾਂ ਹੁਣ ਨੂੰ ਇਹ ਪੱਕੇ ਹੋਏ ਹੋਣੇ ਸੀ, ਪੱਕੇ ਹੋਏ ਹੋਣੇ ਸੀ। ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਅਸੀਂ ਜੀ NHM ਦੇ ਕਰਮਚਾਰੀ ਹਾਂ ਸਾਰੇ, ਅਤੇ ਕੱਚੇ ਕੰਮ ਹੈ। ਇੱਥੇ ਡਿਪਟੀ CM ਆ ਰਹੇ ਹੈ ਅੱਜ, ਅਸੀਂ ਉਹਨਾਂ ਨੂੰ ਅਸੀਂ ਆਪਣਾ ਮੰਗ ਪੱਤਰ ਦੇਣਾ, ਜੋ ਕਿ NHM ਦੇ ਮੁਲਾਜ਼ਮ 10 ਤੋਂ 15 ਸਾਲਾਂ ਤੋਂ ਇਹ ਬਹੁਤ ਹੀ ਨਿਗੁਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਹੈ, ਅਤੇ ਕੋਵਿਡ ਦੇ ਟਾਈਮ 'ਚ ਵੀ ਉਹਨਾਂ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਜੋਖਮ ਵਿੱਚ ਪਾ ਕੇ ਆਪਣੀਆਂ ਛੁੱਟੀਆਂ ਕੈਂਸਲ ਕਰਕੇ ਦਿਨ ਰਾਤ ਮਿਹਨਤ ਕੀਤੀ। ਆਪਣਾ ਜਿਹੜਾ ਹੈਗਾ ਡਿਪਟੀ ਕਮਿਸ਼ਨਰ ਵੱਲੋਂ ਜਿਹੜਾ ਆਸ਼ਵਾਸਨ ਦਵਾਇਆ ਗਿਆ ਬੁਲਾ ਕੇ, ਵੀ ਜਿਹੜਾ ਮੰਤਰੀ ਸਾਹਿਬ ਨੇ ਤੁਹਾਡੀ ਮੀਟਿੰਗ ਕਰਾਈ ਆ? ਦੇਖੋ, ਮੀਟਿੰਗਾਂ ਦਾ ਦੌਰ ਚੱਲ ਹੀ ਰਿਹਾ ਜੀ, 16 ਦਿਨ ਹੋ ਗਏ, NHM ਦੀ ਸਟ੍ਰਾਈਕ ਚੱਲ ਰਹੀ ਹੈ, ਮੀਟਿੰਗਾਂ ਹੋ ਰਹੀਆਂ, ਪਰ ਕੋਈ ਫੈਸਲਾ ਨਹੀਂ ਲਿੱਤਾ ਜਾ ਰਿਹਾ। ਤਾਂ ਇਹਨਾਂ ਗੱਲਾਂ ਤੋਂ ਸਾਨੂੰ ਲੱਗਦੀ ਹੈ ਕਿ ਸਰਕਾਰ ਨਾ ਤਾਂ ਸਿਹਤ ਮੁਲਾਜ਼ਮਾਂ ਦੇ ਪ੍ਰਤੀ ਗੰਭੀਰ ਹੈ, ਨਾ ਹੀ ਜਿਹੜੀ ਪਬਲਿਕ ਹੈ ਉਹਨਾਂ ਦੀਆਂ ਸਿਹਤ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਦੇ ਪ੍ਰਤੀ ਗੰਭੀਰ ਹੈ, ਕਿਉਂਕਿ ਪਬਲਿਕ ਨੂੰ ਵੀ ਸਿਹਤ ਸੇਵਾਵਾਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। NHM ਕਰਮਚਾਰੀਆਂ ਨੇ ਕੰਮ ਛੱਡ ਕੇ ਹੜਤਾਲ ਕੀਤੀ ਹੋਈ ਹੈ। ਤੁਹਾਨੂੰ ਕੀ ਲੱਗਦਾ ਕੀ ਕਾਰਨ ਹੈ ਜਿਹੜੀਆਂ ਸਰਕਾਰਾਂ ਜਿਹੜੀਆਂ ਇੱਕ ਮੀਟਿੰਗਾਂ ਕਰ ਲੈਂਦੀਆਂ ਪਰ ਬੇਨਤੀਜਾ ਨਿਕਲਦੀਆਂ? ਉਹ ਤੁਹਾਨੂੰ ਸਰਕਾਰਾਂ ਦੱਸ ਸਕਦੀਆਂ ਜੀ ਕੀ ਕਾਰਨ ਹੈ, ਕਿਉਂਕਿ ਇਹ ਗੰਭੀਰ ਨਹੀਂ ਹੈ। ਮਾਮਲਿਆਂ ਦੇ ਪ੍ਰਤੀ ਵਾਰ ਵਾਰ ਸਾਨੂੰ ਰੋਸ ਪ੍ਰਦਰਸ਼ਨ ਕਰ ਰਿਹਾ, ਸਾਡੇ ਹੱਕ ਹੈ, ਅਸੀਂ ਕੋਈ ਭੀਖ ਨਹੀਂ ਮੰਗ ਰਹੇ ਇਹਨਾਂ ਤੋਂ, ਹੱਕ ਅਸੀਂ ਲੈ ਕੇ ਰਹਾਂਗੇ। ਜੇ ਨਹੀਂ ਮੰਨਦੇ ਤਾਂ ਸਾਡਾ ਸੰਘਰਸ਼ ਅਸੀਂ ਹੋਰ ਵੀ ਤਿੱਖਾ ਕਰਾਂਗੇ।
सर असी अज तो नहीं भी प्रदर्शन किया, सानू घट्टो घट्ट भी 15 साल हो गए सानू इस महकमे काम करद, सरकार भी पता है। मैं भी ज़्यादा नहीं दसना चाहती क्योंकि मेरे तो पहला मेरे सारे वीर भैणा ने दस ही दिता। मैं सिर्फ थोड़े चैनल के थ्रू सरकार तक ये मैसेज भी पहुँचा चाहनी हाँ, जिहड़ियां सरकारां जदों भी करोना आया सीगा करोना दे विच कहिंदे सीगे भी साढ़े करोना योधे नूं असीं सारे तो पहला जदों भी करोना खत्म होगा असीं भी पहल दे आधार ते आपदे जिहड़े भी करोना योधे उन्हां नूं भी रैगूलर करांगे। मैं दसना चाहनी हाँ भी प्रशासन ते इक हैल्थ डिपार्टमेंट दो ही सीगे जदों भी करोना आया सीगा, जिहड़े असी रोडां ते दिन रात 24 घंटे असी आपदा भी बाल बच्चा छड्ड के असी रोडां ते रहिंदे सी, सानूं नहीं सी पता लगदा साडे बच्चा ने खाणा खाधा है कि नहीं खाधा, साडे बच्चे घर आ भी भुखे आ किदां आ, असी आपदा घर त्यागता सीगा। सिर्फ एक सानूं इह सीगा भी लोकां दीआं जानां बचणीआं चाहीदीआं, उदों तां सानूं जिहड़े भी मंत्री सीगे सारे भी फुल्लां दे हार पा पा के सानूं भी नवाजदे सीगे, हुण सानूं समझ नहीं आउंदी जिन्हां दे भी फुल्लां दे हार पाए जांदे सी उन्हां नूं भी डांगां दे नाल हुण कदों नवाजा जांदा जदों हुण असीं आपदे हक्की मंगां लई। 2 महीने बाकी रह गए, की मंग करदे सरकार तों? सर असीं इही मंग करदे आ कि जिहड़े साडे भी मंगां हैगीआं शुरू तों चल रहीआं भी सानूं भी रैगूलर कीता जावे, जिद्दां दूजिआं दी भी पे स्केल हैगे बराबर सानूं उहनां दा दित्ता जावे, ते जिहड़ीआं साडीआं मंगां जायज़ आ असीं कोई ज़्यादा भी भीख नहीं मंगदे, असीं कोई दूजे मुलाजमां तों कुछ ज़्यादा नहीं मंगदे, असीं तां इही कहिंदे जो साडा हक आ सानूं मिलणा चाहीदा। डिप्टी सिंह आ रही सी तुहानूं बाहर ही रोकेगा की कहना चाहोगे? सर फिर इन्हां नूं भी हदायत हुंदी है भी प्रशासन नूं भी उन्हां दा घराओ ना करो, पर असीं इन्हां तों कोई डरदे नहीं गे, इन्हां दे भी घराओ तों जिथों तक साडा होया असीं उन्हां दे जाके भी घराओ करांगे ते असीं आपदा मंग पत्र देवांगे उन्हां नूं। दस दी कि 2022 दीआं विधान सभा चोणां बिल्कुल सिर ते ने, इसे दे चलदिआं सारीआं सियासी धिरां पब्बां भार ने, ते दूजे पासे मुलाजम जथेबंदियां अपणीआं मंगां नूं लै के सड़कां ते ने। देखना होवेगा कि इन्हां धरने प्रदर्शनां दा 2022 ਦੀਆਂ ਵਿਧਾਨ ਸਭਾ ਚੋਣਾਂ 'ਤੇ ਕੀ ਅਸਰ ਪੈਂਦਾ ਹੈ। ਸ਼੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਢੁੱਡੀ ਦੀ ਰਿਪੋਰਟ, D5 ਚੈਨਲ ਪੰਜਾਬੀ। ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਅਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ 'ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ 'ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com ਕਾਨੂੰਨ ਜਾਇਦਾਦ ਦਾ।